ਲੋਹੜੀ ਵਾਲੀ ਰਾਤ ਸਥਾਨਕ ਹੁਸਨਾ ਚੌਂਕ ਵਿੱਚ ਵਾਪਰੇ ਜਾਨਲੇਵਾ ਹਾਦਸੇ ਤੋਂ ਬਾਅਦ ਚਾਰ ਨੌਜਵਾਨਾਂ ਦੀ ਮੌਤ ਦੇ ਦੋਸ਼ੀ ਕਾਰ ਚਾਲਕ ਨੂੰ ਗ੍ਰਿਫਤਾਰ ਨਾ ਕਰਨ ਦੇ ਦੋਸ਼ ਵਜੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਰਾਸ਼ਟਰੀ ਰਾਜਮਾਰਗ 15 ਤੇ ਧਰਨਾ ਲਗਾ ਦਿੱਤਾ ਗਿਆ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਲਈ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਹੈ। ਸਾਡੇ ਜੀ ਚਾਰ ਭਰਾਵਾਂ ਦੀ ਡੈਥ ਹੋ ਗਈ ਇੱਥੇ ਐਕਸੀਡੈਂਟ ਕਰਕੇ। ਅੱਛਾ। ਤੇ ਚਾਰਾਂ ਦੇ ਮਤਲਬ ਨਾ ਕੋਈ ਹਜੇ ਪੁਲਿਸ ਵਾਲੇ ਕਾਰਵਾਈ ਕੀਤੀ ਜਾਂਦੀ ਨਾ ਕੁਛ ਕਰੀ ਜਾਂਦੇ ਜੀ ਤੇ ਹਜੇ ਬੰਦਾ ਵੀ ਨਹੀਂ ਫੜਿਆ ਗਿਆ ਜੀ। ਹਾਂਜੀ। ਤੇ ਹੋਸਪਿਟਲ ਚ ਇੱਕ ਬੰਦਾ ਸੀਰੀਅਸ ਸੀਗਾ ਉਹਦੀ ਡੈਡ ਬੋਡੀ ਬਦਲੇ ਕੀ ਆ ਦੇ ਡੈਡ ਬੋਡੀ 50,000 ਰੁਪਏ ਮੰਗੀ ਜਾਂਦੇ ਜੀ ਹਜੇ ਡੈਡ ਬੋਡੀ। ਕੌਣ ਮੰਗ ਰਿਹਾ? ਹੋਸਪਿਟਲ ਵਾਲੇ ਜੀ। ਕੀ ਕਹਿ ਰਹੇ ਤੁਹਾਨੂੰ? ਕਹਿੰਦੇ 50,000 ਰੁਪਏ ਹੋਰ ਜਮ੍ਹਾਂ ਕਰਾਓ ਜੀ ਤਾਂ ਡੈਡ ਬੋਡੀ ਦੇਵਾਂਗੇ ਜੀ। ਇਹਨਾਂ ਨੇ ਉਹ ਕੰਮ ਕੀਤਾ ਪਰ ਆਪਾਂ ਨੂੰ ਗੁੱਸਾ ਇਹ ਹੈ ਕਿ ਪੁਲਿਸ ਨੇ ਇੱਕ ਦਿਨ ਲੰਘ ਗਿਆ ਉਹਨੂੰ ਫੜਿਆ ਕਿਉਂ ਨਹੀਂ ਸੀ? ਹੁਣ ਇਹ ਕਹਿੰਦੇ ਅਸੀਂ ਉਹਨੂੰ ਫੜ ਲਿਆ ਆਪਣਾ ਬੰਦਾ ਉਹਨੂੰ ਥਾਣੇ ਵੇਖ ਆਓ ਨਾਲ ਇੱਕ ਬੰਦਾ ਜਾ ਕੇ ਜੇ ਬਾਹਲੀ ਗੱਲ ਹੈ ਪਰ ਐਸ ਡੀ ਐਮ ਆਪਾਂ ਨੂੰ ਵਿਸ਼ਵਾਸ ਦਿਵਾਉਂਦੇ ਹੈ ਆਪਾਂ ਨੂੰ ਇੱਕ ਬੰਦਾ ਜਾ ਕੇ ਵੇਖਿਆ ਉਹਨੂੰ ਫੜ ਲਿਆ ਰਹੀ ਦੀ ਗੱਲ ਹੈ ਆਪਾਂ ਹੁਣ ਡੈਡ ਬੋਡੀ ਉੱਥੇ ਪਈ ਹੈ ਉਹਦੀ ਜ਼ਿੰਮੇਵਾਰੀ ਐਸ ਡੀ ਐਮ ਸਾਹਿਬ ਐਸ ਡੀ ਐਮ ਸਾਹਿਬ ਕਹਿੰਦੇ ਉਹ ਵੀ ਮੈਂ ਡੈਡ ਬੋਡੀ ਦਵਾਵਾਂਗਾ ਮੇਰੀ ਜ਼ਿੰਮੇਦਾਰੀ ਹੈ ਜਿਹੜਾ ਬਿਨਾਂ ਖਰਚ ਤੋਂ ਆਪੇ ਹਸਪਤਾਲ ਵਾਲਿਆਂ ਨਾਲ ਗੱਲ ਕਰਨਗੇ। ਲੋਹੜੀ ਵਾਲੀ ਰਾਤ ਇੱਕ ਬਹੁਤ ਹੀ ਦਰਦਨਾਕ ਹਾਦਸਾ ਹੋਇਆ ਸੀ ਜਿਸ ਵਿੱਚ ਇੱਕ ਮਾਰੂਤੀ ਸਵਿਫਟ ਕਾਰ ਅਤੇ ਸਪਲੈਂਡਰ ਦੀ ਟੱਕਰ ਹੋਈ ਸੀ ਜਿਸ ਦੇ ਇਸ ਵੱਲੋਂ ਸਪਲੈਂਡਰ ਵਾਲਿਆਂ ਦੇ ਨੌਜਵਾਨ ਜਿਹੜੇ ਚਾਰ ਇੱਕ ਮੋਟਰਸਾਈਕਲ 'ਤੇ ਸੀ ਸਵਾਰ ਉਹਨਾਂ ਦੀ ਮੌਤ ਹੋ ਗਈ ਸੀ। ਰਾਤ ਨੂੰ ਮੌਕੇ 'ਤੇ ਪਹੁੰਚ ਕੇ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਹੋਸਪਿਟਲ ਐਡਮਿਟ ਕਰਾ ਕੇ ਬਠਿੰਡੇ ਰੈਫਰ ਵੀ ਕਰਾਇਆ ਗਿਆ ਅਤੇ ਅੱਜ ਇੱਥੇ ਕੁਛ ਪਾਰਟੀਆਂ ਵੱਲੋਂ ਰੋਡ ਬਲੋਕਡ ਕੀਤਾ ਗਿਆ ਹੈ। ਇਸ ਗੱਲ ਦੀ ਆੜ ਵਿੱਚ ਰੋਡ ਬਲੋਕਡ ਕੀਤਾ ਗਿਆ ਹੈ ਅਤੇ ਉਹਨਾਂ ਦੀ ਵੀਡੀਓਗ੍ਰਾਫੀ ਕਰ ਲਈ ਹੈ ਅਤੇ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਗਿੱਦੜਵਾਹਾ ਤੋਂ ਸੋਨੀ ਡੱਲਾ ਦੀ ਰਿਪੋਰਟ ਪਹਿਰੇਦਾਰ ਟੀਵੀ।